ਗੁਰਨਾਮ ਸਿੰਘ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਠੀਕ ਹੈ, ਗੁਰਨਾਮ ਸਿੰਘ ਉਹ ਡਾਕੂ ਹੈ। ਕੀ ਗੁਰਨਾਮ ਸਿੰਘ ਕਾਂਗਰਸ ਨਾਲੋਂ ਮਾੜਾ ਹੈ ਜਾਂ ਅਕਾਲੀਆਂ ਨਾਲੋਂ ਮਾੜਾ ਹੈ ਜਾਂ ਕੋਈ ਹੋਰ ਦੂਜੇ ਤੀਜੇ ਜਿਹੜੇ ਅੱਜ ਤੱਕ ਬਣ ਰਹੇ ਨੇ, ਕੀ ਗੁਰਨਾਮ ਸਿੰਘ ਉਹਨਾਂ ਨਾਲੋਂ ਵੀ ਮਾੜਾ ਨਿਕਲੇਗਾ ਜਿਹਦੇ ਤੇ 40-45 ਮੁਕੱਦਮੇ ਅੱਜ ਵੀ 307 ਦੇ ਦਰਜ ਹੋ ਰਹੇ ਨੇ, ਤਾਰਾਂ ਪਿੱਛੇ ਕਾਂਗਰਸ ਤੇ ਅਕਾਲੀਆਂ ਵੱਲੋਂ ਤੇ ਨੀ ਖੜਕਦੀਆਂ? ਜਥੇਬੰਦੀਆਂ ਕਾਂਗਰਸ ਨੂੰ ਇਲੈਕਸ਼ਨ ਨੀ ਲੜਦੇ, ਲੱਖੋਵਾਲ ਵਾਲਾ ਤਿੰਨ ਵਾਰੀ ਅਕਾਲੀਆਂ ਦੇ ਟਾਈਮ ਦੇ ਬੇਨਤੀ ਕੀਤੀ ਹੈ ਭਰਾ ਤੁਸੀਂ ਲੱਗੋ ਇੱਕ ਗੱਲ। ਦੂਜੀ ਗੱਲ, ਚਲੋ ਜੇ ਆਪਾਂ ਉਹਨਾਂ ਦੀ ਮੰਨ ਲਈਏ ਗੁਰਨਾਮ ਸਿੰਘ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਤੇ ਕੀ ਗੁਰਨਾਮ ਸਿੰਘ ਕਾਂਗਰਸ ਨਾਲੋਂ ਮਾੜਾ ਹੈ ਜਾਂ ਅਕਾਲੀਆਂ ਨਾਲੋਂ ਮਾੜਾ ਹੈ ਜਾਂ ਕੋਈ ਹੋਰ ਦੂਜੇ ਤੀਜੇ ਜਿਹੜੇ ਅੱਜ ਤੱਕ ਬਣ ਰਹੇ ਨੇ, ਕੀ ਗੁਰਨਾਮ ਸਿੰਘ ਉਹਨਾਂ ਨਾਲੋਂ ਵੀ ਮਾੜਾ ਨਿਕਲੇਗਾ ਜਿਹਦੇ ਤੇ 40-45 ਮੁਕੱਦਮੇ ਅੱਜ ਵੀ 307 ਦੇ ਦਰਜ ਹੋ ਰਹੇ ਨੇ, ਜਿਹੜਾ ਅੱਜ ਵੀ ਇੱਕ ਕੇਸਾਂ ਚ ਫਰਾਰ ਅਨਾਊਂਸ ਕੀਤਾ ਹੈ, ਜਿਹਨੇ 50 ਵਾਰੀ ਜੇਲ੍ਹ ਜਾ ਚੁੱਕਿਆ ਹੈ, ਜਿਹੜਾ 20 ਵਾਰੀ ਡੰਡੇ ਖਾ ਚੁੱਕਿਆ ਹੈ, ਕੀ ਉਹ ਉਹਨਾਂ ਤੋਂ ਵੀ ਮਾੜਾ ਨਿਕਲੇਗਾ? ਕੋਈ ਜਵਾਬ ਹੈ ਹੋਰ? ਚਲੋ ਮੰਨ ਲਓ ਤੇ ਮੈਂ ਮੰਨ ਗਿਆ ਵੀ ਗੁਰਨਾਮ ਸਿੰਘ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਗੁਰਨਾਮ ਸਿੰਘ ਕੋਈ ਡਾਕੂ ਹੈ ਉਹਨਾਂ ਤੋਂ ਵੀ ਮਾੜਾ ਹੈ ਜਿਹਨਾਂ ਨੂੰ ਆਪਾਂ ਬਣਾ ਰਹੇ ਹਾਂ ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਰਾਜ ਜਿਹੜਾ ਮੇਰਾ ਵਿਰੋਧ ਕਰਦੇ ਨੇ? ਹਾਂ, ਇਹ ਮੇਰਾ ਸਵਾਲ ਸੀਗਾ ਅਗਲਾ ਕਿ ਵਿਰੋਧ ਕਰਨ ਦਾ ਕਾਰਨ ਇਹ ਇਹਨਾਂ ਦੀਆਂ ਤਾਰਾਂ ਪਿੱਛੇ ਕਾਂਗਰਸ ਤੇ ਅਕਾਲੀਆਂ ਵੱਲੋਂ ਤੇ ਨਹੀਂ ਖੜਕਦੀਆਂ? ਮੈਂ ਵੀ ਉਹੀ ਸੋਚ ਰਿਹਾ, ਦੇਖੋ ਇਹਨਾਂ ਚ ਕੀ ਨੇ 11 ਜਥੇਬੰਦੀਆਂ ਤੇ ਇਹਨਾਂ ਚ ਅਕਾਲੀ ਹੈ, ਸੋਰੀ ਕਾਮਰੇਡ ਹੈ। ਠੀਕ ਹੈ, 11 ਜਥੇਬੰਦੀਆਂ ਕਾਮਰੇਡ ਆ, ਉਹ ਇਲੈਕਸ਼ਨ ਨੀ ਲੜਦੇ? ਹਾਂ, ਜਿਹੜਾ ਇਹ ਗਰੁੱਪ ਹੈ ਲੱਖੋਵਾਲ ਵਾਲਾ, ਲੱਖੋਵਾਲ ਤਿੰਨ ਵਾਰੀ ਅਕਾਲੀਆਂ ਦੇ ਟਾਈਮ ਦੇ ਵਿੱਚ ਮੰਡੀ ਬੋਰਡ ਦਾ ਚੇਅਰਮੈਨ ਰਹਿ ਲਿਆ, ਕੈਬਨਿਟ ਮੰਤਰੀ ਦੀ ਪਾਵਰ ਰਹੀ ਹੈ। ਠੀਕ ਠੀਕ ਹੈ, ਜਿਹੜੇ ਦੂਜੇ ਲੋਕ ਨੇ ਉਹ ਵੀ ਕਿਤੇ ਨਾ ਕਿਤੇ ਜੁੜੇ ਨੇ। ਠੀਕ ਹੈ, ਜੇ ਉਹ ਜੁੜਦੇ ਨੇ, ਉਹ ਇਲੈਕਸ਼ਨ ਲੜਦੇ ਨੇ ਤੇ ਦੁੱਧ ਦੇ ਧੋਏ ਨੇ, ਜੇ ਰਾਮ ਸਿੰਘ ਕਹਿ ਦਿੰਦਾ ਹੈ ਕਿ ਮਿਸ਼ਨ ਪੰਜਾਬ ਚਲਾਉਣਾ ਚਾਹੀਦਾ, ਉਹ ਬੜਾ ਗਲਤ ਕਰਦਾ। ਬਹਾਨਾ ਗੁਰਨਾਮ ਸਿੰਘ ਜੀ, ਬਹਾਨਾ ਇਹ ਵੀ ਬਣਾਇਆ ਜਾ ਰਿਹਾ ਕਿ ਮਿਸ਼ਨ ਪੰਜਾਬ ਸ਼ੁਰੂ ਹੋ ਗਿਆ ਤੇ ਕਿਸਾਨ ਮੋਰਚੇ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਤੇ ਕਿਸਾਨ ਮੋਰਚਾ ਫੇਲ ਹੋ ਜਾਣਾ। ਬਿਲਕੁਲ ਇਹ ਵੀ ਇੱਕ ਗੱਲ ਉਹ ਕਹਿ ਰਹੇ ਨੇ, ਪਰ ਮੈਂ ਇਹਦੇ ਚ ਇੱਕ ਗੱਲ ਇਹ ਕਹਾਂਗਾ ਵੀ ਨੰਬਰ ਇੱਕ ਤੇ ਮੈਂ ਪਹਿਲਾਂ ਹੀ ਕਹਿ ਰਿਹਾ ਵੀ ਮੈਂ ਮੋਰਚਾ ਛੱਡ ਕੇ ਨੀ ਭੱਜਦਾ, ਮੈਂ ਮੋਰਚੇ ਚ ਹੋਰ ਜ਼ਿਆਦਾ ਕੰਮ ਕਰਾਂਗਾ, ਇਹ ਭਾਵੇਂ ਭੱਜ ਜਾਣ ਮੈਂ ਨੀ ਭੱਜਦਾ, ਇੱਕ ਗੱਲ। ਠੀਕ, ਦੂਜੀ ਗੱਲ ਹਾਂਜੀ, ਮੋਰਚਾ ਹੋਰ ਜ਼ਿਆਦਾ ਮਜ਼ਬੂਤ ਹੋਏਗਾ। ਠੀਕ ਹੈ, ਕਮਜ਼ੋਰ ਨਹੀਂ ਹੁੰਦਾ। ਹਾਂਜੀ, ਹੋਰ ਜ਼ਿਆਦਾ ਮਜ਼ਬੂਤ ਹੋਏਗਾ ਜਦੋਂ ਪੰਜਾਬ ਦੇ ਵਿੱਚ ਇੱਕ ਲਹਿਰ ਖੜੀ ਹੋ ਗਈ। ਹਾਂਜੀ, ਹੁਣ ਆਪਾਂ ਰਾਜ ਖੋਣਾ ਇਹਨਾਂ ਤੋਂ। ਹਾਂਜੀ, ਹੁਣ ਆਪਾਂ ਇਹਨਾਂ ਤੋਂ ਰਾਜ ਖੋਣਾ। ਠੀਕ ਹੈ, ਲਹਿਰ ਖੜੀ ਹੋ ਗਈ
ਹੁਣ ਦੇਖੋ ਹਰਿਆਣੇ ਚ ਅਜੇ ਇੱਕ ਅਨਾਊਂਸ ਕੀਤਾ ਸੀ ਠੀਕ ਹਰਿਆਣੇ ਦੇ ਵਿੱਚ ਪੰਚਾਇਤਾਂ ਦੇ ਚੁਣਾਵ ਆਉਣੇ ਠੀਕ ਆ ਅਸੀਂ ਅਨਾਊਂਸ ਕੀਤਾ ਸੀ ਵੀ ਜਿਹੜਾ ਅੰਦੋਲਨ ਦੇ ਵਿੱਚ ਇਸ ਧਰਮ ਯੁੱਧ ਦੇ ਵਿੱਚ ਜਿਹੜਾ ਬੰਦਾ ਹਿੱਸਾ ਨਾ ਲਏ ਭਾਵੇਂ ਸਰਪੰਚੀ ਦਾ ਇਲੈਕਸ਼ਨ ਲੜਦਾ ਹੈ ਜਿਹੜਾ ਪੰਚਾਇਤ ਬਲਾਕ ਸਮਿਤੀ ਦਾ ਲੜਦਾ ਹੈ ਉਹਨੂੰ ਵੋਟ ਨਾ ਪਾਇਆ ਜੇ ਬਾਕੀ ਜਿਹਨੂੰ ਮਰਜ਼ੀ ਪਾ ਦਿਆ ਜੀ ਠੀਕ ਹਰਿਆਣੇ ਦੇ ਵਿੱਚ ਪਹਿਲ ਲੱਗੀ ਸੀ ਪ੍ਰੋਗਰਾਮ ਕਰਾਉਣ ਦੀ ਜਿਹਨਾਂ ਨੇ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਲੜਨੇ ਸੀ ਜਿਹਨਾਂ ਨੇ ਬਲਾਕ ਸਮਿਤੀਆਂ ਦੇ ਇਲੈਕਸ਼ਨ ਲੜਨੇ ਸੀ ਅਸੀਂ ਵੀ ਅੰਦੋਲਨ ਚ ਹਿੱਸਾ ਲਿਆਂਗੇ ਜੀ ਠੀਕ ਹੈ ਅਸੀਂ ਵੀ ਅੰਦੋਲਨ ਚ ਹਿੱਸਾ ਲਿਆਂਗੇ ਜੀ ਹਾਂ ਹਾਂ ਇਸੇ ਤਰ੍ਹਾਂ ਜਿਹੜਾ ਅੰਦੋਲਨ ਉਹਦੇ ਵਧਿਆ ਘਟਿਆ ਨੀ ਵਧਿਆ ਲੋਕ ਦੇਖਣ ਨੂੰ ਇਹ ਹੋ ਜਾਂਦਾ ਹੈ ਵੀ ਜੇ ਮੈਂ ਕੋਈ ਵੀ ਇਲੈਕਸ਼ਨ ਲੜਨਾ ਹੈ ਤੇ ਉਹਦੇ ਚ ਮੇਰਾ ਜਨਤਾ ਨੇ ਬਹਿਸ਼ਕਾਰ ਕਰਤਾ ਫਿਰ ਮੈਂ ਕਿੱਧਰ ਤੋਂ ਰਹਾਂਗਾ ਇਸ ਕਰਕੇ ਉਹ ਜ਼ਿਆਦਾ ਅੰਦੋਲਨ ਦੇ ਵਿੱਚ ਆਏਗਾ ਠੀਕ ਹੈ ਗੁਰਨਾਮ ਸਿੰਘ ਜੀ ਜਿੱਦਾਂ ਹੁਣ ਕਿਸਾਨ ਮੋਰਚੇ ਵੱਲੋਂ ਤੁਸੀਂ ਪ੍ਰੋਗਰਾਮ ਦਿੱਤਾ ਜਿਹੜਾ ਮਤਲਬ ਰਾਜ ਸਭਾ ਦੇ ਘਰਾਓ ਦੇ ਬਦਲੇ ਜਿੱਦਾਂ ਉੱਥੇ ਮਤਲਬ